ਕੇ ਦਾ ਯਾਨੀ ਗੰਦ ਬਲਾ ਸਭ ਅਸੀਂ ਔਨਲਾਈਨ ਬੱਚਿਆਂ ਨੂੰ ਪਰੋਸ ਦਿੱਤਾ। ਹਾਂਜੀ, ਉਹਦੇ ਵਿੱਚ ਇੱਕ ਹੈਰੀ ਪੋਟਰ ਦਾ ਮੈਂ ਨਾਂ ਲੈਣਾ ਚਾਹੁੰਦੀ ਹਾਂ। ਹਾਂਜੀ, ਜਿਹਦੇ ਰਾਹੀਂ ਸਾਡੇ ਬੱਚਿਆਂ ਨੂੰ ਇਹ ਸਿਖਾਇਆ ਗਿਆ, ਸਾਰਾ ਸਾਲ ਨਾ ਪੜ੍ਹ, ਆਹ ਮੱਥਾ ਟੇਕ, ਆਹ ਵਾਲੀਆਂ ਚਾਰ ਲਾਈਨਾਂ ਰੱਟ ਅਤੇ ਤੈਨੂੰ ਸਭ ਕੁਛ ਮਿਲੇਗਾ। ਹੁਣ ਉਹ ਉਸ ਚੀਜ਼ ਤੋਂ ਬਾਅਦ ਦੋ ਹੀ ਢੰਗ ਨਾਲ ਆਏਗਾ ਵੀ ਤੁਸੀਂ ਸਿਰਫ ਇੱਥੇ ਛੱਡ ਕੇ ਉਹਨਾਂ ਥਾਵਾਂ 'ਤੇ ਜਾ ਕੇ ਪੋਚੇ ਲਾਓਗੇ, ਉਹਨਾਂ ਦੇ ਡੱਬੇ ਪੈਕ ਕਰੋਗੇ, ਉਹ ਸਾਰਾ ਕੁਛ ਕਰੋਗੇ, ਉਹ ਤੁਹਾਡੇ ਲਈ ਜਾਇਜ਼ ਹੈ। ਇਹ ਕਰਾਉਣ ਵਾਲੇ ਸਾਡਾ ਤਾਂ ਉਹ ਖਤਮ ਹੋ ਗਈ ਚੀਜ਼। ਅਸੀਂ ਕਿਸੇ ਵੀ ਧਰਮ ਵਿੱਚ ਲੜਾਈ ਤਾਂ ਸਿਖਾਈ ਨਹੀਂ ਸੀ, ਪਰ ਅਸੀਂ ਸਾਰੇ ਧਰਮਾਂ ਨੂੰ ਪਹਿਲਾਂ ਲੜਾਇਆ, ਪਾਸੇ ਮਾਰ ਤਾੜ, ਸਰੇਆਮ ਕੁਛ ਚੁੱਕਦੇ ਨੇ, ਹਥਿਆਰ ਮਾਰ ਦਿੰਦੇ ਨੇ ਜਿੱਦਣ ਜਿਹਦਾ ਦਿਲ ਕਰੇ। ਉਹਦੇ ਵਿੱਚ ਇੱਕ ਹੋਰ ਅਹਿਮ ਚੀਜ਼ ਸੁਣੋ, ਕਿਸੇ ਵੀ ਇੱਕ ਮੁਲਕ ਵਿੱਚ ਇਹਨਾਂ ਸਾਰਿਆਂ ਨੂੰ ਯਾਨੀ ਪਾਵਰਫੁੱਲ ਨਾ ਬਣਨ ਦਿਓ। ਸੋ ਇਹਦਾ ਮਤਲਬ ਹੈ ਇਹਨਾਂ ਦੀਆਂ ਜੜ੍ਹਾਂ ਜਿੱਥੇ ਸ਼ੁਰੂ ਹੋਏ ਸਨ ਉਹ ਖਤਮ ਜਾਓ। ਜਿੰਨੇ ਕੋਨਵੈਂਟ ਸਕੂਲ 'ਚ ਨੇ ਉਹਨਾਂ ਨੂੰ ਪਤਾ ਜੀਸਸ ਨੇ ਕੀ ਕਿਹਾ, ਯਿਸੂ ਮਸੀਹ ਨੇ ਕੀ ਕਿਹਾ, ਪਰ ਕਿਸੇ ਨੂੰ ਪਤਾ ਹੀ ਨਹੀਂ ਕਿ ਭਾਈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਊ ਆਪ ਸਭ ਦਾ ਸਵਾਗਤ ਕਰਦਾ। ਸੋ ਦੋਸਤੋ, ਅੱਜ ਦਾ ਜੋ ਵਿਸ਼ਾ ਆਪਣੀ ਗੱਲਬਾਤ ਦਾ ਉਹ ਬਹੁਤ ਅਹਿਮ ਹੈ, ਕਿਉਂਕਿ ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ, ਇੱਕ ਰੰਗਲੇ ਪੰਜਾਬ ਦੀ ਉਸ ਨੌਜਵਾਨੀ ਦੇ ਵਾਸਤੇ ਇੱਕ ਬਹੁਤ ਹੀ ਅਹਿਮ ਵਿਸ਼ਾ ਅੱਜ ਦਾ। ਜੇ ਗੱਲ ਕਰੀਏ ਤਾਂ ਪਿੰਡਾਂ ਦੀ ਗੱਲ ਕਰੀਏ, ਸ਼ਹਿਰਾਂ ਦੀ ਗੱਲ ਕਰੀਏ, ਕਿ ਜਿਹੜੇ ਸਾਡੇ ਪੰਜਾਬੀ ਗੱਭਰੂ ਹੁੰਦੇ ਸੀ, ਉੱਚੇ ਲੰਮੇ ਕੱਦ ਵਾਲੇ, ਵਧੀਆ ਡੀਲ ਡੋਲ ਵਾਲੇ, ਦਾੜਾ ਕੇਸ ਹੁੰਦਾ ਅਤੇ ਪੱਗਾਂ ਬੰਨੀਆਂ, ਅਤੇ ਪਤਾ ਲੱਗਦਾ ਕਿ ਸਰਦਾਰ ਤੁਰੇ ਆਉਂਦੇ ਆ ਜਾਂ ਪੰਜਾਬੀ ਤੁਰੇ ਆਉਂਦੇ ਆ। ਚਾਹੇ ਆਪਾਂ ਕਿਸੇ ਪਹਿਲਾਂ ਦੀਆਂ ਜੰਗਾਂ ਦੀ ਗੱਲ ਕਰ ਲਈਏ, ਕਿ ਜਿਹੜੇ ਪੰਜਾਬੀ ਬਹਾਦਰੀ ਦੇ ਕਰਕੇ ਜਾਣੇ ਜਾਂਦੇ ਸੀ, ਤਾਂ ਅੱਜ ਉਹਨਾਂ ਪੰਜਾਬੀਆਂ ਦੇ ਪਿੰਡਾਂ ਦੇ ਵਿੱਚ ਆਪਾਂ ਕੱਦ ਵੇਖੀਏ ਜਾਂ ਸਰੀਰਕ ਪੱਖ ਤੋਂ ਦੇਖਿਆ ਜਾਵੇ ਤਾਂ ਬਿਲਕੁਲ ਕਮਜ਼ੋਰ ਰਹਿ ਗਏ ਨੇ, ਕਿ ਉਹ ਚੀਜ਼ਾਂ ਨਹੀਂ ਰਹੀਆਂ ਜਿਹੜੀਆਂ ਸਾਡੇ ਖੂਨ ਦੇ ਵਿੱਚ ਪਹਿਲਾਂ ਸੀ ਜਾਂ ਸਾਡੇ ਸਰੀਰ ਦੇ ਵਿੱਚ ਪਹਿਲਾਂ ਤਾਕਤਾਂ ਸੀ। ਅਤੇ ਇਹ ਸਾਰੀਆਂ ਗੱਲਾਂ ਬਾਤ ਕਰਾਂਗੇ, ਅਤੇ ਸਾਡੇ ਨਾਲ ਹੋਣਗੇ ਹਰ ਵਾਰ ਦੀ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ ਨੇ ਜੀ? ਠੀਕ ਠਾਕ, ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਵੀ ਨਿੱਘੀ ਫਤਿਹ ਜੀ। ਸੋ ਦੇਖਿਆ ਜਾਵੇ ਨਾ ਜੀ, ਇੱਕ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕੁਛ ਤਾਂ ਪੀੜ੍ਹੀ ਆ ਜਿਹੜੀ ਉਹ ਬਾਹਰ, ਮੇਰਾ ਖਿਆਲ ਵੀ ਸਭ ਤੋਂ ਵੱਧ ਜੇ ਭਾਰਤ ਦੇ ਵਿੱਚੋਂ ਦੇਖਿਆ ਜਾਵੇ ਤਾਂ ਪੰਜਾਬੀ ਨੇ ਜਿਹੜੇ ਬਾਹਰ ਜਾਣ ਦੇ ਚੱਕਰ ਦੇ ਵਿੱਚ ਨੇ ਔਰ ਜਾ ਰਹੇ ਆ ਲਗਾਤਾਰ। ਪਿੰਡਾਂ 'ਚ ਜਿਹਨੂੰ ਮਰਜ਼ੀ ਪੁੱਛੀਏ ਮੁੰਡਾ ਬਾਹਰ ਹੈ, ਬੇਟੀ ਆਈਲੈਟਸ ਕਰ ਰਹੀ ਹੈ, ਅਤੇ ਬਾਕੀ ਜਿਹੜੇ ਰਹਿੰਦੇ ਨੇ ਉਹਨਾਂ ਦੀ ਗੱਲ ਕਰ ਲਈਏ ਜਾਂ ਜਾਣ ਵਾਲਿਆਂ ਦੀ ਗੱਲ ਕਰ ਲਈਏ, ਹੁਣ ਉਹ ਚੀਜ਼ ਕੱਦਕਾਠ ਜਾਂ ਡੀਲ ਡੋਲ ਦੀ ਗੱਲ ਕਰ ਲਈਏ, ਉਹ ਚੀਜ਼ ਕਿਤੇ ਨਜ਼ਰ ਨਹੀਂ ਆਉਂਦੀ। ਅਤੇ ਇਹਨੂੰ ਤੁਸੀਂ ਕਿਵੇਂ ਦੇਖਦੇ ਵੀ ਕਿੱਥੇ ਮਾਰ ਪੈ ਰਹੀ ਹੈ ਸਾਨੂੰ? ਦੇਖੋ, ਅੱਜ ਵੀ ਟੀਮ ਆਈ ਹੋਈ ਸੀ ਦਿੱਲੀਓਂ, ਜੋ ਕਿ ਡੈਮੋਗ੍ਰਾਫਿਕ ਚੇਂਜ ਜਿਸ ਤਰੀਕੇ ਦੀ ਆ ਰਹੀ ਹੈ ਸਾਡੇ ਪੰਜਾਬ ਅੰਦਰ, ਉਹਦੇ ਬਾਰੇ ਹੀ ਉਹ ਫਿਕਰਮੰਦ ਸਨ ਕਿ ਇੱਥੇ ਪਿੰਡਾਂ ਵਿੱਚ ਵੀ ਉਹਨਾਂ ਨੇ ਜਾ ਕੇ ਦੇਖ ਲਿਆ ਕਿ ਜਿਹੜੇ ਪਹਿਲਾਂ 6-6.5 ਫੁੱਟੇ ਨੌਜਵਾਨ ਹੁੰਦੇ ਸੀ, ਅੱਜ 4-4.5 ਫੁੱਟ, 5 ਫੁੱਟ 'ਤੇ ਖਤਮ ਹੋ ਰਹੇ ਨੇ। ਬਿਲਕੁਲ ਜੀ, ਪੰਜਾਬੀ ਜ਼ਬਾਨ ਨੂੰ ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਵਿਰਲੀ ਕਿਤੇ ਥਾਂ 'ਤੇ ਲੱਭਦੀ ਹੈ, ਨਹੀਂ ਤਾਂ ਹਿੰਦੀ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਅਤੇ ਫਿਰ ਤੀਸਰੀ ਚੀਜ਼ ਜੋ ਅਹਿਮ ਉਹ ਗੱਲ ਕਰ ਰਹੇ ਸਨ ਕਿ ਸਾਨੂੰ ਖਤਰਾ ਇਹ ਲੱਗ ਰਿਹਾ ਨੈਸ਼ਨਲ ਪੱਧਰ 'ਤੇ ਕਿ ਜੈਨੈਟਿਕ ਚੇਂਜ ਸਾਨੂੰ ਜੋ ਦਿਸਣ ਲੱਗ ਪਈ ਹੈ ਕਿ ਨਾ ਤੁਹਾਡੀ ਜ਼ਬਾਨ ਵੱਲ ਲੋਕ ਜੁੜੇ ਨੇ, ਫਿਰ ਜੋ ਸਰਵੇਖਣ ਵਿੱਚ ਪਤਾ ਲੱਗਦਾ ਕਿ ਇਤਿਹਾਸਿਕ ਤੱਥ ਜਦੋਂ ਛੇੜੇ ਜਾਂਦੇ ਨੇ ਉਹਨਾਂ ਤੱਥਾਂ ਬਾਰੇ ਬਹੁ ਗਿਣਤੀ ਨੂੰ ਪਤਾ ਹੀ ਨਹੀਂ। ਹਾਂਜੀ, ਬਿਲਕੁਲ ਜੀ। ਸੋ ਯਾਨੀ ਜਿਸ ਤਰੀਕੇ ਦੀ ਚੇਂਜ ਓਵਰ ਹੋਈ, ਜਿਵੇਂ ਹੁਣ ਕਾਫੀ ਡਿਸਕਸ਼ਨਸ ਇੱਥੇ ਹੋਈਆਂ, ਉਹਨਾਂ ਵਿੱਚ ਕੁਝ ਚੀਜ਼ਾਂ ਸਾਡੇ ਧਿਆਨ ਹਿਤਾਉਣ ਲਈ ਲੋੜ ਨੇ ਆ। ਪਹਿਲੀ ਚੀਜ਼, ਸਾਡੀ ਐਜੂਕੇਸ਼ਨ ਸਿਸਟਮ ਵਿੱਚ ਇੱਕ ਭਾਰੀ ਤਬਦੀਲੀ, ਜਾਣ ਬੁੱਝ ਕੇ ਹੋਈ ਜਾਂ ਸਮੇਂ ਨਾਲ ਜਿਵੇਂ ਵੀ ਹੋਈ, ਇਸ ਬਾਰੇ ਤਾਂ ਹੁਣ ਉਹੀ ਦੇਖਣ ਜਿਹੜੇ ਨੀਤੀ ਬਣਾਉਂਦੇ ਨੇ, ਪਰ ਤਬਦੀਲੀ ਜੋ ਦਿਸ ਰਹੀ ਹੈ ਕਿ ਸ਼ਾਇਦ ਤੁਹਾਡੇ ਮੇਰੇ ਵੇਲੇ ਸਾਨੂੰ ਟੀਚਰਸ ਵੀ ਜੋ ਉਹਨਾਂ ਦਾ ਢੰਗ ਜਾਂ ਤਰੀਕਾ ਹੁੰਦਾ ਸੀ ਕਿ ਇਤਿਹਾਸਿਕ ਤੱਥ ਨਾਲ ਤੋਰਨੇ, ਕਿਵੇਂ ਆਜ਼ਾਦੀ ਲਈ ਗਈ ਸੀ ਜਾਂ ਕਿਸ ਤਰੀਕੇ ਗੌਰਵਮਈ ਇਤਿਹਾਸ ਨਾਲ ਯਾਨੀ ਸਾਨੂੰ ਜੋੜਿਆ ਗਿਆ ਸੀ, ਇੱਕ ਦੇਸ਼ ਪ੍ਰੇਮ ਵਰਗੀ ਚੀਜ਼ ਉੱਠਦੀ ਸੀ। ਹਾਂਜੀ, ਜਿਸ ਵਿੱਚ ਅਸੀਂ ਆਪਣੇ ਆਪ ਨੂੰ ਇੱਕ ਹਿੱਸਾ ਗਿਣਨਾ ਕਿ ਹਾਂ ਸਾਡੇ ਹੀ ਵੱਡੇ ਵਡੇਰਿਆਂ ਦੀ ਸੀ, ਇਹ ਸਾਡੀ ਹੀ ਜ਼ਮੀਨ ਹੈ। ਹਾਂਜੀ, ਇਹ ਇੱਕ ਜੋੜਨ ਦਾ ਢੰਗ ਸੀ ਕਿ ਮੇਰੀ ਥਾਂ, ਮੇਰਾ ਮੁਲਕ। ਬਿਲਕੁਲ, ਉਹਦੇ ਵਿੱਚ ਇੱਕ ਹੱਡ ਭੰਨਵੀਂ ਮਿਹਨਤ ਦਿਖਾਈ ਜਾਂਦੀ ਸੀ, ਜਿਵੇਂ ਲਿਜਾਣਾ, ਦੇਖੋ ਖੇਤਾਂ ਵਿੱਚ ਕਿਵੇਂ ਕੰਮ ਹੋ ਰਿਹਾ, ਦੇਖੋ ਕਿਵੇਂ ਮੁੜਕਾ ਡਿੱਗਦਾ, ਕਿਵੇਂ ਇਹ ਪਸੀਨਾ ਡੋਲਿਆ ਜਾਂਦਾ। ਤੋਂ ਹੌਲੀ ਹੌਲੀ ਕਿ ਏਸੀ ਸਕੂਲ ਹੋ ਗਏ ਨੇ ਸਾਡੇ, ਉਹਨਾਂ ਵਿੱਚ ਸਿਖਾਇਆ ਕੀ ਜਾਂਦਾ, ਹੈਰੀ ਪੋਟਰ ਦੀਆਂ ਕਹਾਣੀਆਂ ਤੁਸੀਂ ਦੇਖੋ, ਮੈਨੂੰ ਕਹਿਣ ਵਿੱਚ ਤਕਲੀਫ ਜੀ ਹੁੰਦੀ ਹੈ, ਪਰ ਜੇ ਕਿਤੇ ਹੋ ਰਹੀਆਂ ਨੇ ਮੈਨੂੰ ਦੱਸ ਦੇਣਾ। ਬਹੁਤ ਗਿਣਤੀ ਕੋਨਵੈਂਟ ਸਕੂਲਾਂ ਦੇ ਵਿੱਚ ਪੰਜਾਬੀ ਦੀਆਂ ਕਿਤਾਬਾਂ ਇਸ਼ੂ ਹੀ ਨਹੀਂ ਹੁੰਦੀਆਂ ਲਾਇਬ੍ਰੇਰੀ ਵਿੱਚ। ਹਾਂਜੀ,
ਕਿਤਾਬਾਂ ਪੜ੍ਹਨ ਦਾ ਰੁਝਾਨ ਇਹਨਾਂ ਵਿੱਚ ਘਟੀ ਜਾਂਦਾ। ਸੋ ਜੋ ਕੁਛ ਹੋ ਰਿਹਾ ਕਿ ਔਨਲਾਈਨ ਦੇ ਚੱਕਰ ਦੇ ਵਿੱਚ ਜਿਵੇਂ ਉਹ ਸਾਰਾ ਕੁਛ ਤੁਸੀਂ ਦੇਖ ਹੀ ਰਹੇ ਹੋ ਕਿ ਔਨਲਾਈਨ ਕਰਕੇ ਜਿਵੇਂ ਜੋ ਟਰੈਸ਼ ਜਿਸ ਤਰੀਕੇ ਦਾ ਯਾਨੀ ਗੰਦ ਬਲਾ ਸਭ ਅਸੀਂ ਔਨਲਾਈਨ ਬੱਚਿਆਂ ਨੂੰ ਪਰੋਸ ਦਿੱਤਾ। ਹਾਂਜੀ, ਉਹਦੇ ਵਿੱਚ ਇੱਕ ਹੈਰੀ ਪੋਟਰ ਦਾ ਮੈਂ ਨਾਂ ਲੈਣਾ ਚਾਹੁੰਦੀ ਹਾਂ। ਹਾਂਜੀ, ਜਿਹਦੇ ਰਾਹੀਂ ਸਾਡੇ ਬੱਚਿਆਂ ਨੂੰ ਇਹ ਸਿਖਾਇਆ ਗਿਆ ਕਿ ਜਾਦੂ ਟੋਣਾ ਵੀ ਇੱਕ ਅਜਿਹੀ ਚੀਜ਼ ਜਾਂ ਟੋਟਕੇ ਕੁਛ ਅਜਿਹੀ ਚੀਜ਼ ਹੈ ਜਿਹਦੇ ਨਾਲ ਤੁਸੀਂ ਇੱਕ ਵੱਖਰੀ ਦੁਨੀਆ ਵਿੱਚ ਪਹੁੰਚ ਜਾਂਦੇ ਹੋ। ਜੀ, ਤੁਹਾਨੂੰ ਸ਼ਾਇਦ ਲੱਗੇ ਇਹ ਵੀ ਬੜੀ ਆਮ ਜਿਹੀ ਗੱਲ ਹੈ, ਪਰ ਨਿੱਕੇ ਬੱਚੇ ਨੂੰ ਜੇ ਤੁਹਾਡੀਆਂ ਕਹਾਣੀਆਂ ਦੇ ਵਿੱਚ ਇਹ ਦੱਸਿਆ ਜਾਣਾ ਕਿ ਇੱਕ ਫਲਾਣੀ ਸਾਡੀ ਕਥਾ ਪੁਰਾਣਿਕ ਉਹਦੇ ਵਿੱਚ ਕਿਸ ਤਰੀਕੇ ਕਿਸੇ ਨੇ ਮਿਹਨਤ ਨਾਲ ਇਹ ਚੀਜ਼ ਲਈ ਜਾਂ ਕਿਵੇਂ ਇੱਕ ਦੁਸ਼ਟ ਨੂੰ ਮਾਰਨਾ ਸੀ, ਜਾਂ ਸਾਡੀਆਂ ਭਾਵੇਂ ਕਿਸੇ ਹੀ ਧਰਮ ਦੀ ਗੱਲ ਹੋਏ, ਉੱਥੇ ਹਮੇਸ਼ਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਿਖਾਈ। ਬਿਲਕੁਲ, ਔਖੇ ਸਮੇਂ ਨੂੰ ਕਿਵੇਂ ਜਰਨਾ ਉਹ ਸਿਖਾਇਆ ਗਿਆ। ਭਾਈ ਜਿਵੇਂ ਹੁਣ ਕਿਸੇ ਵੀ, ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਭਾਵੇਂ ਸ਼੍ਰੀ ਕ੍ਰਿਸ਼ਨ ਜੀ ਦੇ ਵਿੱਚ ਧਿਆਨ ਤੁਸੀਂ ਝਾਤ ਮਾਰ ਕੇ ਉਹਨਾਂ ਦੀ ਜ਼ਿੰਦਗੀ 'ਚ ਝਾਤ ਮਾਰ ਲਓ, ਜਾਂ ਤੁਸੀਂ ਭਾਵੇਂ ਇੱਧਰ ਸਿੱਖ ਧਰਮ ਵਿੱਚ ਝਾਤ ਮਾਰੋ, ਹਰ ਪਾਸੇ ਇੱਕ ਇਹ ਢੰਗ ਦਰਸਾਇਆ ਗਿਆ ਸੀ ਕਿ ਜ਼ਿੰਦਗੀ ਜੀਣੀ ਕਿਵੇਂ ਹੈ, ਸਾਂਝ ਕਿਵੇਂ ਹੁੰਦੀ ਹੈ। ਹਾਂਜੀ, ਹੁਣ ਸਾਡੀ ਟੀਚਿੰਗ ਵਿੱਚ ਅਸੀਂ ਕਰ ਦਿੱਤੇ ਇਹ ਹਿੰਦੂ ਤਿਉਹਾਰ ਹੈ, ਇਹ ਸਿੱਖ ਤਿਉਹਾਰ ਹੈ, ਇਹ ਮੁਸਲਿਮ ਤਿਉਹਾਰ ਹੈ, ਇਹ ਕ੍ਰਿਸਚਨ ਤਿਉਹਾਰ ਹੈ। ਬਿਲਕੁਲ, ਪਹਿਲੀ ਤਾਂ ਉਹ ਸਾਂਝ ਅਸੀਂ ਤਿਉਹਾਰਾਂ ਦੀ ਵੀ ਖਤਮ ਕਰ ਦਿੱਤੀ। ਬਿਲਕੁਲ, ਹੌਲੀ ਹੌਲੀ ਅਸੀਂ ਜਿਸ ਤਰੀਕੇ ਦੇ ਤਿਆਰ ਕੀਤੇ ਜਾ ਰਹੇ ਹਾਂ, ਸਾਡੇ ਕਿਉਂ ਹਰ ਗਲੀ ਮੁਹੱਲੇ ਵਿੱਚ ਇਹੋ ਜਿਹੇ ਚੀਜ਼ਾਂ ਸ਼ੁਰੂ ਹੋਈਆਂ ਵੀ ਹੁਣ ਫਲਾਣਾ ਇੱਕ ਬਾਬਾ ਆ ਗਿਆ, ਹੁਣ ਇੱਥੇ ਇੱਕ ਫਲਾਣਾ ਬਾਬਾ ਆ ਗਿਆ, ਜਿਹਦੇ ਤੋਂ ਸਾਡੀਆਂ ਹੀ ਮਾਵਾਂ ਜਾਂ ਸਾਡੇ ਹੀ ਮਾਪੇ ਉੱਥੋਂ ਚਮਤਕਾਰ ਭਾਲਣ ਦੀ ਉਮੀਦ 'ਚ ਬੱਚੇ ਨੂੰ ਲਿਜਾਉਂਦੇ। ਬਿਲਕੁਲ, ਸਾਰਾ ਸਾਲ ਨਾ ਪੜ੍ਹ, ਆਹ ਮੱਥਾ ਟੇਕ, ਆਹ ਵਾਲੀਆਂ ਚਾਰ ਲਾਈਨਾਂ ਰੱਟ ਅਤੇ ਤੈਨੂੰ ਸਭ ਕੁਛ ਮਿਲੇਗਾ। ਹੁਣ ਉਹ ਉਸ ਚੀਜ਼ ਤੋਂ ਬਾਅਦ ਦੋ ਹੀ ਢੰਗ ਨਾਲ ਆਏਗਾ, ਜੇ ਬਾਈ ਚਾਂਸ ਵਾਕਈ ਪੜ੍ਹਿਆ ਹੋਇਆ ਪਾਸ ਹੋ ਗਿਆ ਤਾਂ ਫਿਰ ਵਾਹ ਭਲਾ, ਉਹਨੇ ਤਾਂ ਸਾਰੀ ਉਮਰ ਲਈ ਉੱਥੇ ਹੀ ਜਾਣਾ। ਬਿਲਕੁਲ, ਅਤੇ ਜੇ ਰਹਿ ਗਿਆ ਤਾਂ ਕਮੀ ਪੇਸ਼ੀ ਜੀ ਸਾਡੇ ਹੀ, ਕਿਤੇ ਜੋ ਅਸੀਂ ਚਾਰ ਲਾਈਨਾਂ ਰੱਟਣੀਆਂ ਸੀ ਉਹਨੂੰ ਤਰੀਕਾ ਗਲਤ ਸੀ। ਯਾਨੀ ਬੱਚੇ ਨੂੰ ਮਿਹਨਤ ਤੋਂ ਹਟਾ ਕੇ ਫਿਰ ਉਹ ਸਾਰਾ ਪੁਰਾਣਾ ਇਤਿਹਾਸ ਛੱਡ ਕੇ ਹੈਰੀ ਪੋਟਰ ਵਰਗੀਆਂ ਇੱਕ ਇਹ ਨਹੀਂ ਅਨੇਕ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਫਿਰ ਮਿਹਨਤ ਤਾਂ ਮਨਫੀ ਹੋ ਗਈ ਨਾ। ਅਸੀਂ ਢੰਗ ਤਰੀਕਾ ਸਿਖਾਉਂਦੇ ਹਾਂ ਕਿ ਤੁਸੀਂ ਹੁਣ ਇੱਕ ਆਈਲੈਟਸ ਕਰਨਾ, ਬਾਹਰ ਜਾ ਕੇ ਦਰਖਤਾਂ ਤੋਂ ਡਾਲਰ ਲਾਣੇ ਆ ਅਤੇ ਇੱਕੋ ਦਿਨ 'ਚ ਤੁਹਾਡੀਆਂ ਸਾਰੀਆਂ ਤਮੰਨਾਵਾਂ ਪੂਰੀਆਂ ਹੋ ਜਾਣਗੀਆਂ। ਬਿਲਕੁਲ, ਇਹ ਢੰਗ ਤਰੀਕੇ ਨਾਲ ਦੇਸ਼ ਪ੍ਰੇਮ ਤਾਂ ਹੈ ਨਹੀਂ। ਬਿਲਕੁਲ, ਤੁਸੀਂ ਬੱਚਿਆਂ ਨੂੰ ਪੁੱਛ ਕੇ ਵੇਖੋ ਕਿੰਨੇ ਕੁ ਨੇ ਅੱਜ ਕਿਉਂ ਫੌਜ ਵਿੱਚ ਲੋੜ ਮਹਿਸੂਸ ਹੋ ਰਹੀ ਹੈ ਕਿ ਉੱਥੇ ਜਾ ਹੀ ਨਹੀਂ ਰਹੇ ਲੋਕ, ਭਰਤੀ ਕਰਨ ਉਹ ਆਪ ਸਗੋਂ ਆਉਂਦੇ ਪਏ ਨੇ ਵੀ ਆਓ ਜੀ ਹੋਵੋ, ਕਿਉਂਕਿ ਕਿਸੇ ਨੂੰ ਉਹ ਪਿਛਲਾ ਜਿਹੜਾ ਸਾਡਾ ਜੋ ਪਿਛੋਕੜ ਜਿਸ ਵਿੱਚ ਸਾਨੂੰ ਮਾਣ ਮਹਿਸੂਸ ਹੁੰਦਾ ਸੀ ਕਿ ਇੱਥੇ ਮੇਰੇ ਹੀ ਦਾਦੇ ਨਾਨਿਆਂ ਨੇ ਲਹੂ ਰੋੜਿਆ, ਇਹ ਮੇਰੀ ਧਰਤੀ ਹੈ, ਮੈਂ ਇਹਨੂੰ ਛੱਡਣਾ ਨਹੀਂ, ਦੀ ਥਾਂ 'ਤੇ ਮੈਂ ਡਾਲਰ ਲੈਣ ਦੂਜੇ ਮੁਲਕ ਵਿੱਚ, ਉੱਥੇ ਅਸੀਂ ਤਿਆਰ ਕੀ ਕੀਤਾ, ਆਪਣੇ ਸਕੂਲਾਂ ਵਿੱਚ ਅਸੀਂ ਨੌਕਰਸ਼ਾਹੀ ਤਿਆਰ ਕੀਤੀ ਹੈ। ਬਿਲਕੁਲ, ਵੀ ਤੁਸੀਂ ਸਿਰਫ ਇੱਥੇ ਛੱਡ ਕੇ ਉਹਨਾਂ ਥਾਵਾਂ 'ਤੇ ਜਾ ਕੇ ਪੋਚੇ ਲਾਓਗੇ, ਉਹਨਾਂ ਦੇ ਡੱਬੇ ਪੈਕ ਕਰੋਗੇ, ਉਹ ਸਾਰਾ ਕੁਛ ਕਰੋਗੇ, ਉਹ ਤੁਹਾਡੇ ਲਈ ਜਾਇਜ਼ ਹੈ। ਇਹ ਕਰਾਉਣ ਵਾਲੇ ਕੌਣ ਨੇ? ਉਹੀ ਮੁਲਕਾਂ ਵਾਲੇ ਜਿਨ੍ਹਾਂ ਨੂੰ ਅੱਜ ਲੋੜ ਮਹਿਸੂਸ ਹੋ ਰਹੀ ਹੈ ਕਿ ਸਾਡੇ ਜਿਵੇਂ ਪਹਿਲਾਂ ਭਾਰਤ 'ਤੇ ਰਾਜ ਕੀਤਾ ਸੀ, ਨੌਕਰ ਬਣਾਏ ਸੀ। ਬਿਲਕੁਲ ਜੀ, ਹੁਣ ਉੱਥੋਂ ਅਸੀਂ ਇੱਥੇ ਕਿਵੇਂ ਲਿਆਉਣੇ ਨੇ ਉਹੀ ਕੰਮਾਂ ਨੂੰ ਕਰਾਉਣ ਲਈ, ਜਿੱਥੇ ਉਹ ਸਾਨੂੰ ਇੱਥੇ ਲੋੜ ਹੈ, ਤਾਂ ਭਾਈ ਉਹਨਾਂ ਦੇ ਮਨਾਂ 'ਚ ਵਾੜ ਦਿਓ, ਤੁਹਾਡੀ ਐਜੂਕੇਸ਼ਨ ਨੀਵੀਂ ਹੈ, ਤੁਹਾਡੀ ਜ਼ਬਾਨ ਨੀਵੀਂ ਹੈ, ਤੁਹਾਡਾ ਸੱਭਿਆਚਾਰ ਨੀਵਾਂ, ਤੁਸੀਂ ਇੱਥੇ ਆ ਕੇ ਨੌਕਰੀ ਕਰੋ। ਧੜਾ ਧੜ ਹੁਣ ਜਿਸ ਤਰੀਕੇ ਦੇ ਡਾਕਟਰ ਬਾਹਰ ਦੌੜ ਰਹੇ ਨੇ, ਇੰਜੀਨੀਅਰ ਬਾਹਰ ਦੌੜ ਰਹੇ ਨੇ, ਸਾਡਾ ਇਹ ਟੌਪ ਦੇ ਬਿਊਰੋਕਰੈਟਸ ਦੇ ਆਪਣੇ ਬੱਚੇ ਸਭ ਦੌੜ ਰਹੇ ਨੇ, ਪੈਸਾ ਬੇਹਿਸਾਬ ਬਾਹਰ ਜਾ ਰਿਹਾ, ਤਾਂ ਮਤਲਬ ਸਮਝ ਆ ਰਹੀ ਹੈ ਕੀ ਹੋ ਰਿਹਾ? ਬਿਲਕੁਲ, ਇਹ ਪੰਜਾਬ 'ਚ ਸਾਡੇ ਭਾਰਤ ਵਿਚਲੇ ਬੈਠੇ ਲੋਕਾਂ ਨੂੰ ਸਮਝ ਆ ਰਹੀ ਹੈ, ਉੱਪਰ ਬੈਠਿਆਂ ਨੂੰ, ਕਿ ਇਹਨਾਂ ਦੀ ਡੈਮੋਗ੍ਰਾਫਿਕ ਚੇਂਜ ਦੇ ਵਿੱਚ ਇਹਨਾਂ ਦੀ ਜਨੈਟਿਕ ਲੋਸ ਵੀ ਹੋਣਾ, ਜੇ ਇਹਨਾਂ ਦਾ ਸਾਰਾ ਕੁਛ ਪਿਛਲਾ ਖਤਮ ਹੋ ਜਾਣਾ, ਜਿਵੇਂ ਹੌਲੀ ਹੌਲੀ ਅਨੇਕ ਪ੍ਰਜਾਤੀਆਂ ਦਾ ਇੱਥੇ ਹੋ ਚੁੱਕਿਆ। ਬਿਲਕੁਲ ਜੀ, ਪਰ ਸਾਨੂੰ ਨਹੀਂ ਸਮਝ ਆ ਰਹੀ, ਅਸੀਂ ਇੱਕਾ ਦੁੱਕਾ ਥਾਂ 'ਤੇ ਖੜ੍ਹੇ ਹੋ ਕੇ ਜ਼ਰੂਰ ਰੌਲਾ ਪਾ ਦਿੰਦੇ ਹਾਂ ਕਿ ਸਾਨੂੰ ਅੱਜ ਆਹ ਹੋ ਗਿਆ, ਅੱਜ ਇਹ ਹੋ ਗਿਆ, ਇੱਥੇ ਕ੍ਰਿਸਚਨ ਆ ਗਏ, ਇੱਥੇ ਅਜੇ ਆ ਗਏ। ਭਾਈ ਤੁਹਾਨੂੰ ਅਸਲ ਗੱਲ ਕਿਉਂ ਨਹੀਂ ਸਮਝ ਆ ਰਹੀ ਕਿ ਸਾਡੀ ਐਜੂਕੇਸ਼ਨ ਵਿੱਚ ਸਾਰੀ ਤਾਂ ਕ੍ਰਿਸਚੈਨਿਟੀ ਹੈ। ਬਿਲਕੁਲ ਜੀ, ਬਿਲਕੁਲ, ਹਰ ਸਕੂਲ ਅਸੀਂ ਕੋਨਵੈਂਟ ਦਾ ਭਾਲਦੇ ਹਾਂ। ਬਿਲਕੁਲ ਜੀ, ਸਭ ਕੁਛ ਉਸ ਪਾਸੇ ਜਾਂਦੇ ਹਾਂ, ਮਾਰ ਕਿਹੜੀ ਥਾਂ 'ਤੇ ਵੱਜੀ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਸਾਡੀ ਐਜੂਕੇਸ਼ਨ ਪੋਲਿਸੀ ਗਈ ਜਿਸ ਨਾਲ ਪੂਰੇ ਮੁਲਕ ਵਿੱਚ ਹਿਲਜੁਲ ਹੋਈ ਜੇ। ਬਿਲਕੁਲ, ਤੁਸੀਂ ਭਾਵੇਂ ਦਿੱਲੀ ਚਲੇ ਜਾਓ, ਭਾਵੇਂ
ਉਸ ਤੋਂ ਪਰਾਂ ਅੱਗੇ ਸਾਊਥ ਵੱਲ ਚਲੀ ਜਾਓ, ਭਾਵੇਂ ਤੁਸੀਂ ਈਸਟ ਵੱਲ ਜਿੱਧਰ ਵੀ ਜਾਣਾ ਜੇ ਨਾ, ਹਰ ਥਾਂ 'ਤੇ ਪ੍ਰੈਫਰੈਂਸ ਕੋਨਵੈਂਟ ਸਕੂਲ ਦੀ ਜੇ। ਹਾਂਜੀ। ਅਤੇ ਕੋਨਵੈਂਟ ਸਕੂਲ ਦੇ ਵਿੱਚ ਤੁਹਾਨੂੰ ਤੁਹਾਡਾ ਇਤਿਹਾਸ ਗੌਰਵਮਈ ਨਹੀਂ ਪੜ੍ਹਾਇਆ ਜਾਣਾ। ਬਿਲਕੁਲ ਜੀ। ਸੋ ਇਹਦਾ ਮਤਲਬ ਇਹ ਕਿ ਅਸੀਂ ਅੱਜ ਦੇ ਦਿਨ ਰੌਲਾ ਪਾ ਕੇ ਸਾਡੇ ਪਿੰਡ ਵਿੱਚ ਆਹ ਕਰ ਗਏ ਆ, ਸਾਡੇ 'ਚ ਆ ਗਏ, ਦੇ ਨਾਲੋਂ ਤੁਸੀਂ ਉਹ ਤਾਂ ਦੇਖਿਆ ਹੀ ਨਹੀਂ ਜੜ੍ਹਾਂ ਵੱਡੇ ਤੋਂ ਬਗੈਰ ਦੇ ਦਰਖਤ ਖੜ੍ਹੇ ਹੋ ਤੁਸੀਂ। ਬਿਲਕੁਲ। ਇਹ ਕਿੰਨੀ ਦੇਰ ਚਲਾਓ, ਕਿੰਨੀ ਦੇਰ ਚਲਾਓਗੇ? ਬਿਲਕੁਲ। ਸੋ ਇਹ ਜੜ੍ਹਾਂ ਖਤਮ ਹੋ ਗਈਆਂ ਨੇ, ਅਖੁਰ ਚੁੱਕੀਆਂ ਨੇ, ਸਿਉਂਕ ਲੱਗ ਚੁੱਕੀ ਹੈ, ਪਰ ਸਾਨੂੰ ਨਹੀਂ ਸਮਝ ਆ ਰਹੀ। ਅਸੀਂ ਉੱਪਰਲੇ ਦਰਖਤ ਨੂੰ ਝਾੜ ਰਹੇ ਹਾਂ, ਤੂੰ ਖੜ੍ਹਾ ਰਹਿ, ਕਿਹਦੇ ਨਾਲ ਖੜ੍ਹਾ ਰਹਿ? ਬਿਲਕੁਲ। ਪਿੰਡਾਂ ਦੇ ਪਿੰਡ ਨੇ ਅੱਜ ਖਾਲੀ ਹੋਏ ਪਏ ਆ, ਕਰਜ਼ਈ ਨੇ ਜਾਂ ਸਭ ਬਾਹਰ ਨੇ। ਮੈਂ ਆਪ ਵੇਖ ਆਈ ਹਾਂ ਇਹੋ ਜਿਹੇ ਕਈ ਪਿੰਡ ਜਿਨ੍ਹਾਂ ਦੇ ਵਿੱਚ ਸਿਰਫ ਬਜ਼ੁਰਗ ਬੈਠੇ ਨੇ, ਅੱਧੇ ਤੋਂ ਵੱਧ ਪੌਣਾ ਬਲਕਿ ਪੌਣਾ ਪੌਣਾ ਪਿੰਡ ਜੰਦਰੇ ਲੱਗੇ ਨੇ, ਕੋਈ ਵੀ ਨਹੀਂ ਉੱਥੇ। ਬਿਲਕੁਲ। ਹੁਣ ਇਹਦੇ ਵਿੱਚ ਤੁਸੀਂ ਕਿਹੜਾ, ਤੁਹਾਨੂੰ ਲੱਗਦਾ ਵੀ ਜੇ ਕੋਈ ਜਰਮਨ ਉੱਥੇ ਤੁਸੀਂ ਜਾ ਕੇ ਰਹੋਗੇ ਉਹ ਕਹਿਣਗੇ ਹਾਂ ਜੀ ਆਓ ਜੀ ਤੁਹਾਡੇ ਇਤਿਹਾਸ ਗੌਰਵਮਈ ਨੂੰ ਦੱਸੇ ਕਿ ਤੁਸੀਂ ਜਦੋਂ ਵਿਸ਼ਵ ਜੰਗਾਂ ਦੇ ਵਿੱਚ ਝੰਡੇ ਗੱਡੇ ਸੀ ਉਹ ਤੁਸੀਂ ਹੀ ਸੀ, ਆਓ ਤੁਹਾਨੂੰ ਸਿਜਦਾ ਕਰੀਏ, ਤੁਹਾਨੂੰ ਕੁਰਸੀਆਂ 'ਤੇ ਬਿਠਾਈਏ, ਕਦੇ ਵੀ ਨਹੀਂ। ਨਹੀਂ, ਉਹ ਸਾਡਾ ਉਸ ਗੌਰਵ ਨੂੰ ਕਿਸ ਤਰੀਕੇ ਹੌਲੀ ਹੌਲੀ ਕਨਵਰਟ ਕਰਕੇ ਇੱਕ ਉਹਨਾਂ ਦੇ ਹੇਠਾਂ ਲੱਗਣ ਵਾਲੇ ਵਰਕਰਸ ਵਜੋਂ, ਸੇਵਾਦਾਰਾਂ ਵਜੋਂ ਅਸੀਂ ਅਗਾਂਹ ਉਹਨਾਂ ਦੇ ਪਹੁੰਚ ਰਹੇ ਹਾਂ ਕਿ ਅਸੀਂ ਉਸ ਗੌਰਵ ਤੋਂ ਹਟ ਕੇ ਸੇਵਾਦਾਰ ਬਣ ਕੇ ਰਹਿ ਗਏ, ਆਪਣੀ ਅਣਖ ਗਵਾ ਲਈ। ਬਿਲਕੁਲ ਜੀ, ਬਿਲਕੁਲ। ਉਹਨਾਂ ਸਮੇਂ ਤੋਂ ਜਦੋਂ ਉਹ ਸਮੇਂ ਸੀਗੇ ਜੀ, ਅੱਜ ਤੋਂ ਆਪਾਂ 35-40 ਸਾਲ ਪਿੱਛੇ ਚਲੇ ਜਾਈਏ, ਨਾ ਕੋਈ ਰੇਹ ਸਪਰੇਅ ਨੂੰ ਜਾਣਦਾ ਸੀਗਾ, ਕੁਛ ਨਹੀਂ ਹੁੰਦਾ ਸੀਗਾ ਜੀ, ਸਿਰਫ ਕੁਦਰਤੀ ਖੇਤੀ ਦੇ ਸਿਰਤੀ ਲੋਕ ਸੀਗੇ, ਉਹੀ ਖੁਰਾਕਾਂ ਖਾਂਦੇ ਸੀਗੇ, ਕੰਧ ਕਾਠ ਸੀਗੇ, ਕਿੰਨਾ ਸੋਹਣਾ ਮਾਹੌਲ ਸੀਗਾ। ਹੁਣ ਦੇਖੋ ਸਾਡੀਆਂ ਮਾਰ ਕਿਹੜੇ ਕਿਹੜੇ ਪਾਸੇ ਪਈ, ਜ਼ਬਾਨ ਸਾਡੀ ਗਈ। ਬਿਲਕੁਲ। ਜਿਸ 'ਚ ਅਸੀਂ 21 ਤਰੀਕੇ ਦੇ ਲਾਂਚਣ ਲਾਏ, ਅੱਛਾ ਜੀ ਇਹ ਇਹ ਲੋਕ ਹਿੰਦੂ ਮੰਨਣ ਵਾਲੇ ਨੇ, ਹਿੰਦੂ ਨੇ ਤਾਂ ਇਹਦਾ ਮਤਲਬ ਹੈ ਇਹਨਾਂ ਦਾ ਪਿਛੋਕੜ, ਇਹਨਾਂ ਦਾ ਇਤਿਹਾਸ ਸਭ ਮੈਥੋਲੋਜੀਕਲ ਹੈ, ਯਾਨੀ ਇਹ ਤਰੀਕੇ ਢੰਗ ਹੁੰਦੇ ਨੇ ਜਿਹੜੇ ਸਾਨੂੰ ਸਮਝ ਨਹੀਂ ਆ ਰਹੇ, ਆਪੋ 'ਚ ਲੜਾ ਰਹੇ ਨੇ। ਬਿਲਕੁਲ। ਇਸੇ ਤਰ੍ਹਾਂ ਆਹ ਤੁਸੀਂ ਸਿੱਖ ਇਤਿਹਾਸ ਨੂੰ ਚੱਕਦੇ ਹੋ, ਨਹੀਂ ਜੀ ਨਹੀਂ ਇਹ ਤਾਂ ਸਾਖੀ ਗਲਤ ਹੈ, ਤਾਂ ਹੋ ਹੀ ਨਹੀਂ ਸਕਦੀ ਜੀ। ਉਹ ਕਿੰਤੂ ਪਰੰਤੂ ਪਾ ਕੇ ਅਸੀਂ ਜੋ ਚੀਜ਼ਾਂ ਅੱਜ ਡਾਕਟਰ, ਹੁਣ ਮੈਨੂੰ ਦੱਸੋ ਇਹੋ ਜਿਹੀਆਂ ਚੀਜ਼ਾਂ ਦੀ ਇਹ ਭਾਰਤ 'ਚ ਇਜਾਦ ਹੋਈ ਸੀ ਵੀ ਤੁਸੀਂ ਇੱਕ ਮੰਦਰ 'ਚ ਜਾਓਗੇ ਉਹਦੇ ਕਿਸ ਮੌਕੇ 'ਤੇ ਸੂਰਜ ਨੇ ਕਦੋਂ ਚੜ੍ਹਨਾ ਅਤੇ ਕਿਵੇਂ ਇੰਨੀਆਂ ਸਦੀਆਂ ਤੋਂ ਵੀ ਉਹ ਉਸ ਤਰੀਕੇ ਐਨ ਐਗਜੈਕਟ ਸੁਰਾਖ ਤੱਕ ਰੱਖੇ ਨੇ ਕਿ ਇੱਥੋਂ 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 ਅਤੇ ਫਿਰ ਉਹ ਮੂਰਤੀ ਤੱਕ ਉਹ ਸੂਰਜ ਦੀ ਰੌਸ਼ਨੀ ਦੇ ਨਾਲ ਉਹ ਨਿਕਲਣਾ, ਅੱਜ ਤੱਕ ਤਾਂ ਹਿੱਲਿਆ ਨਹੀਂ ਚੀਜ਼। ਇਹ ਆਖਰ ਕੋਈ ਕ੍ਰੀਏਟ ਕਰਨ ਵਾਲੇ ਸਨ? ਬਿਲਕੁਲ। ਇਸੇ ਤਰ੍ਹਾਂ ਜੇ ਆਪਾਂ ਸਿੱਖ ਇਤਿਹਾਸ 'ਚ ਝਾਤ ਮਾਰੀਏ ਤਾਂ ਉਹਨਾਂ ਨੇ ਢੰਗ ਸਿਖਾਇਆ ਕੁਰਬਾਨ ਹੋਣ ਦਾ। ਬਿਲਕੁਲ। ਪੂਰੀ ਹਿਊਮੈਨਿਟੀ, ਇਨਸਾਨੀਅਤ ਨੂੰ ਸਗੋਂ ਕਰਨ ਲਈ ਉਜਾਗਰ ਕਿ ਤੁਸੀਂ ਸਭ ਇੱਕੋ ਹੀ ਪਿਓ ਦੇ ਪੁੱਤਰ ਧੀਆਂ ਹੋ, ਸਾਂਝ ਬਣਾ ਕੇ ਰਹੋ। ਬਿਲਕੁਲ। ਸਾਡਾ ਤਾਂ ਉਹ ਖਤਮ ਹੋ ਗਈ ਚੀਜ਼, ਅਸੀਂ ਕਿਸੇ ਵੀ ਧਰਮ ਵਿੱਚ ਲੜਾਈ ਤਾਂ ਸਿਖਾਈ ਨਹੀਂ ਸੀ, ਪਰ ਅਸੀਂ ਸਾਰੇ ਧਰਮਾਂ ਨੂੰ ਪਹਿਲਾਂ ਲੜਾਇਆ। ਜਦੋਂ ਉਹ ਸਾਰੇ ਮਨੋਰਿਟੀ 'ਚ ਕਰ ਦਿੱਤੇ ਤਾਂ ਇੱਕ ਮੈਜੋਰਿਟੀ ਰਿਲੀਜਨ ਜਿਹਨੂੰ ਬਣਾ ਕੇ ਉਹਨੂੰ ਅੱਗੋਂ ਜਾਤ ਪਾਤ 'ਚ ਤੋੜਤਾ। ਬਿਲਕੁਲ। ਫਿਰ ਉਹਨਾਂ ਨੂੰ ਸਾਰਿਆਂ ਨੂੰ ਇਹ ਸ਼ੋਅ ਕਰ ਦਿੱਤਾ ਤੁਸੀਂ ਨੀਵੇਂ ਹੋ, ਤਾਂ ਕਿ ਤੁਸੀਂ ਆਪਣੇ ਅਣਖ ਨਾ ਜਗਾ ਸਕੋ ਅਤੇ ਸਾਰੇ ਦੇ ਸਾਰੇ ਚਲੋ ਜੀ ਸੇਵਾਦਾਰੀ ਕਰੋ, ਦੂਜੇ ਮੁਲਕਾਂ 'ਚ ਜਾ ਕੇ ਉਹਨਾਂ ਵਿੱਚ ਵੱਸ ਜਾਓ। ਬਿਲਕੁਲ। ਇਹ ਸਾਰਾ ਚੱਕਰ ਵਿਊ ਜਿਸ ਤਰੀਕੇ ਦੇ ਵਿੱਚ ਅਰਬ ਹਮਲਾਵਰਾਂ ਨੇ ਆ ਕੇ ਜਿਵੇਂ ਸਾਨੂੰ ਕੁੱਖਾਂ 'ਚ ਧੀਆਂ ਮਾਰਨੀਆਂ, ਉਦੋਂ ਕੁੱਖਾਂ 'ਚ ਤਾਂ ਨਹੀਂ ਸੀ ਮਰਦੀਆਂ, ਕਿ ਧੀਆਂ ਜੰਮਣ ਤੋਂ ਬਾਅਦ ਮਾਰਨੀਆਂ ਸਿਖਾਈਆਂ, ਜਿਨ੍ਹਾਂ ਨੇ ਸਾਡਾ ਸਾਰਾ ਕੁਝ ਜੋ ਯਾਨੀ ਜੈਨੈਟਿਕ ਚੇਂਜ ਲਿਆਉਣੀ ਸ਼ੁਰੂ ਕੀਤੀ, ਜਿਸ ਚੰਕੜੇ ਮੇਰੇ ਨਹੀਂ ਅੱਜ ਹੀ ਦੱਸ ਕੇ ਗਏ ਨੇ ਉਹ ਟੀਮ ਕਿ ਬਹੁਤ ਭਾਰੀ ਗਿਣਤੀ ਜੇ ਤੁਹਾਡੇ ਬਾਹਰੋਂ ਨੂੰਹਾਂ ਖਰੀਦ ਕੇ ਲਿਆਉਂਦੀਆਂ ਜਾ ਰਹੀਆਂ, ਯਾਨੀ ਜੇ ਸਮਝ ਆ ਜਾਂਦੀ ਹੋਵੇ ਤਾਂ ਸਾਡਾ ਹਰ ਪਾਸਿਓਂ ਇੱਕ ਇੱਕ ਜੜ ਚੁਣ ਚੁਣ ਕੇ ਵੱਢੀ ਗਈ ਜੀ। ਬਿਲਕੁਲ ਜੀ। ਸਾਡੇ ਕੋਲ ਧੀਆਂ ਖਤਮ ਹੋ ਰਹੀਆਂ ਨੇ ਜਿਹੜੀ ਅਸੀਂ ਮਾੜੀ ਚੀਜ਼ ਅਪਣਾਈ। ਬਿਲਕੁਲ। ਅੱਗੋਂ ਸਾਰਾ ਅਸੀਂ ਵੈਸਟਰਨ ਕਲਚਰ ਅਪਣਾਇਆ ਜਿਹਦੇ ਵਿੱਚ ਉਹ ਔਖੇ ਹੋ ਰਹੇ ਨੇ ਕਿ ਸਾਡਾ ਜੀ ਸਭ ਪਾਸੇ ਮਾਰ ਤਾੜ, ਸਰੇਆਮ ਚੁੱਕਦੇ ਨੇ ਹਥਿਆਰ ਮਾਰ ਦਿੰਦੇ ਨੇ ਜਿੱਦਣ ਜਿਹਦਾ ਦਿਲ ਕਰੇ। ਉਹਦੇ ਵਿੱਚ ਇੱਕ ਹੋਰ ਅਹਿਮ ਚੀਜ਼ ਸੁਣੋ। ਹਾਂਜੀ। ਉਹਨਾਂ ਥਾਵਾਂ 'ਤੇ ਬਹੁਤ ਵੱਡੀ ਗਿਣਤੀ ਜੇ ਇਹਨਾਂ ਮੁਲਕਾਂ ਵਿੱਚ ਭਾਵੇਂ ਤੁਸੀਂ ਜਾਓਗੇ ਯੂਰਪ ਵਿੱਚ ਜਾਂ ਤੁਸੀਂ ਅਮੈਰੀਕਾ ਜਾਂ ਕੈਨੇਡਾ ਵਿੱਚ, ਜਿਨ੍ਹਾਂ ਵਿੱਚ ਉਹਨਾਂ ਦੇ ਬੱਚੇ ਕਾਫੀ ਗਿਣਤੀ 'ਚ ਨੇ ਜਿਹੜੇ ਅੱਗੋਂ ਪੜ੍ਹਨ ਤੋਂ ਇਨਕਾਰੀ ਨੇ, ਉਹਨਾਂ 'ਚ ਵੱਖੋ ਵੱਖਰੀ ਸੋਚ ਜੇ ਕਿ ਸਾਨੂੰ ਅਸੀਂ ਜਿੰਨਾ ਕੁ ਕੰਮ ਕਰਨਾ ਸਾਨੂੰ ਖਾਣ ਨੂੰ ਮਿਲ ਜਾਣਾ, ਅਸੀਂ ਸ਼ਨੀ ਐਤ ਮੌਜ ਕਰਨੀ ਹੈ, ਸਾਡੇ ਕੋਲ 5 ਦਿਨ ਦਾ ਕੰਮ ਨਹੀਂ ਤਾਂ ਸਰਕਾਰ ਨੇ ਦੇ ਦੇਣਾ, ਇਹ ਪੜ੍ਹਨ ਲਿਖਣ ਦੀ ਲੋੜ ਨਹੀਂ। ਇਹ ਨਵੀਂ ਇੱਕ ਜਨਰੇਸ਼ਨ ਤਿਆਰ ਹੋ ਰਹੀ ਹੈ ਜੋ ਕਿ ਸਾਡੀ ਡਾਕਟਰਸ ਨਾਲ ਗੱਲ ਹੁੰਦੀ ਹੈ ਉੱਥੋਂ ਪਤਾ ਨਿਕਲਦਾ ਇਹ ਚੀਜ਼ ਜੋ ਉਹਨਾਂ ਦੇ ਤਿਆਰ ਹੋ ਰਹੀ ਹੈ। ਹਾਂਜੀ। ਹੁਣ ਉਹਨਾਂ ਦੇ ਹਿਸਾਬ ਦੇ ਵਿੱਚ ਸਾਡੇ ਬੰਦੇ ਇੱਥੋਂ ਚੋਟੀ ਦੇ
ਬਣ ਕੇ ਇੰਜੀਨੀਅਰ ਜਾਂ ਚੋਟੀ ਦੇ ਸਾਇੰਟਿਸਟ ਜਾ ਕੇ ਉਹਨਾਂ ਦੇ ਮੁਲਕਾਂ 'ਚ ਜਿੱਥੇ ਉਹਨਾਂ ਦੇ ਆਪਣੇ ਬੱਚੇ ਤਾਂ ਬਾਹਰ ਹੋਈ ਜਾਂਦੇ ਨੇ, ਬਿਲਕੁਲ ਸਾਡੇ ਉਹ ਪੋਜੀਸ਼ਨਸ 'ਤੇ ਜਾ ਕੇ ਉਸ ਮੁਲਕ ਨੂੰ ਸਟਰੋਂਗ ਕਰ ਰਹੇ ਨੇ। ਬਿਲਕੁਲ। ਹੁਣ ਇਹ ਬੰਦਿਆਂ ਨੂੰ ਜੇ ਤਾਂ ਉਹ ਪਾਵਰ 'ਚ ਆ ਜਾਣਗੇ ਵੀ ਸਾਡਾ ਇੱਕ NRI ਵੀਰ ਜਿਹੜਾ ਚੋਟੀ 'ਤੇ ਪਹੁੰਚ ਰਿਹਾ, ਪਾਵਰ 'ਤੇ ਆ ਚੱਲਿਆ, ਹੁਣ ਕਿਸ ਤਰੀਕੇ ਉਹੀ ਸੋਸਾਇਟੀ ਉਹਨੂੰ ਨੀਵਾਂ ਗਿਰਾਉਂਦੀ ਜੇ, ਤੁਸੀਂ ਉਹਦੇ ਢੰਗ ਤਰੀਕੇ ਵੇਖੋ ਕਿ ਹੁਣ ਇਸ ਤਰੀਕੇ ਜੇ ਵੱਧਦੇ ਜਾਂਦੇ ਤਾਂ ਸ਼ਾਇਦ ਦੁਨੀਆ ਭਰ ਦੇ ਹਰ ਮੁਲਕ ਵਿੱਚ ਸਾਡੇ ਭਾਰਤੀ, ਸਾਡੇ ਪੰਜਾਬੀ ਜਿਹੜੇ ਵੀ ਥਾਂ ਤੋਂ ਯਾਨੀ ਨਿਕਲੇ ਹੁੰਦੇ ਸਾਰੇ ਚੋਟੀ 'ਤੇ ਹੁੰਦੇ, ਮੁਲਕ ਸਾਡੇ ਆਪਣੇ ਬਣ ਜਾਂਦੇ। ਹਾਂਜੀ। ਹੁਣ ਇਹ ਢੰਗ ਵਰਤਿਆ ਗਿਆ ਕਿ ਕਿਸੇ ਵੀ ਇੱਕ ਮੁਲਕ ਵਿੱਚ ਇਹਨਾਂ ਸਾਰਿਆਂ ਨੂੰ ਯਾਨੀ ਪਾਵਰਫੁੱਲ ਨਾ ਬਣਨ ਦਿਓ। ਸੋ ਇਹਦਾ ਮਤਲਬ ਇਹ ਇਹਨਾਂ ਦੀਆਂ ਜੜ੍ਹਾਂ ਜਿੱਥੇ ਸ਼ੁਰੂ ਹੋਏ ਸਨ ਉਹ ਖਤਮ ਕਰ ਦਿਓ। ਬਿਲਕੁਲ। ਸੋ ਹੁਣ ਉਹ ਇੱਕ ਖਿੰਡੇ ਪੁੰਡੇ ਥਾਵਾਂ 'ਤੇ ਪਏ ਨੇ ਜਿੱਥੇ ਆਪੋ ਆਪਣੇ ਮੁਲਕਾਂ ਨੂੰ ਤਾਂ ਸਟਰੋਂਗ ਕਰ ਰਹੇ ਨੇ, ਪਰ ਉਹਨਾਂ ਦੀ ਨੈਕਸਟ ਜਨਰੇਸ਼ਨ ਆਪਣੀ ਆਈਡੈਂਟੀ ਗਵਾਉਣ ਵੱਲ ਤੁਰੀ ਜੇ। ਬਿਲਕੁਲ ਜੀ। ਉਹ ਆਸਟ੍ਰੇਲੀਅਨ ਕਹਾਏ ਜਾਣਗੇ, ਉਹ ਅਮੈਰੀਕਨ ਕਹਾਏ ਜਾਣਗੇ, ਉਹ ਕੈਨੇਡੀਅਨ ਕਹਾਏ ਜਾਣਗੇ, ਉਹ ਜਰਮਨ ਕਹਾਏ ਜਾਣਗੇ, ਨਾ ਕਿ ਸਾਡੇ ਭਾਰਤ ਦੇ, ਜਿੱਥੇ ਉਹ ਸਿਰਫ ਇਹ ਦਿਖਾਉਣਗੇ ਜਿਹੜਾ ਇੰਟਰਨੈਸ਼ਨਲ ਮੀਡੀਆ ਜਿਸ ਤਰੀਕੇ ਸਾਨੂੰ ਉਜਾਗਰ ਕਰਦਾ, ਉਹ ਭੁੱਲ ਗਿਆ ਵੀ ਇਹ ਵਿਸ਼ਵ ਜੰਗਾਂ ਵਿੱਚ ਜਿਤਾਉਣ ਵਾਲੇ ਇਹ ਸਨ, ਇਹ ਬਹਾਦਰੀ ਦੇ ਸਿਖਰ ਇਹਨਾਂ ਦੇ ਰਾਹੀਂ ਹੁੰਦੇ ਸੀ, ਇਹਨਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਅਤੇ ਹੁਣ ਅਸੀਂ ਦਿਖਾਉਂਦੇ ਹਾਂ ਕਿ ਇਹ ਤਾਂ ਕਲਚਰਡ ਹੀ ਨਹੀਂ ਨੇ। ਯਾਨੀ ਪੰਜਾਬੀ ਜ਼ਬਾਨ ਅੰਗਰੇਜ਼ੀ ਜ਼ਬਾਨ ਤੋਂ ਪੁਰਾਣੀ ਜੇ, ਪਰ ਅਸੀਂ ਹੁਣ ਕਲਚਰਡ ਨਹੀਂ ਰਹੇ। ਉਹ ਕਲਚਰ ਜਿਹਦੀ ਉਪਜ ਭਾਰਤ ਵਿੱਚੋਂ ਸੀ, ਜਿੱਥੇ ਤੁਸੀਂ ਵੇਦ ਉਪਨਿਸ਼ਦ ਪੜ੍ਹ ਕੇ ਤਾਂ ਦੇਖੋ ਉਸ 'ਚ ਲਿਖਿਆ ਕੀ ਜੇ, ਪਰ ਸਾਡੇ ਬੱਚਿਆਂ ਨੂੰ ਪੁੱਛੋ ਉਹਨਾਂ ਨੇ ਦੇਖਿਆ ਨਹੀਂ। ਤੁਸੀਂ ਜਾਓ ਜਿੰਨੇ ਕੋਨਵੈਂਟ ਸਕੂਲ 'ਚ ਨੇ, ਉਹਨਾਂ ਨੂੰ ਪਤਾ ਜੀਸਸ ਨੇ ਕੀ ਕਿਹਾ, ਯਿਸੂ ਮਸੀਹ ਨੇ ਕੀ ਕਿਹਾ, ਪਰ ਕਿਸੇ ਨੂੰ ਪਤਾ ਹੀ ਨਹੀਂ ਕਿ ਭਾਈ ਕਿਸੇ ਸਮੇਂ ਸਾਡੇ ਭਗਵਾਨ ਕ੍ਰਿਸ਼ਨ ਨੇ ਕੀ ਕਿਹਾ ਸੀ, ਭਾਈ ਸਾਡੇ ਉਸ ਸਮੇਂ 'ਤੇ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਕੀ ਸੀ, ਭਾਈ ਸਾਡੇ ਇਸ ਸਮੇਂ ਕੀ ਕਦੇ ਜੋ ਅੱਜ ਇਨਵਾਇਰਮੈਂਟਲੀ ਰੌਲਾ ਪਾਇਆ ਸੀ, ਕਿਹੜੇ ਗੁਰੂ ਸਾਹਿਬ ਨੇ ਭਾਈ ਇਨਵਾਇਰਮੈਂਟਲੀ ਕੰਮ ਕੀਤਾ ਸੀ, ਕਿਸੇ ਨੂੰ ਨਹੀਂ ਪਤਾ। ਬਿਲਕੁਲ। ਇਹ ਖਤਮ ਕਰਨ ਵਾਲੇ ਕੌਣ ਨੇ? ਸੋ ਸਾਨੂੰ ਤਾਂ ਚੁਫੇਰਿਓਂ ਉਹ ਹਾਲ ਲਿਆ ਕੇ ਰੱਖ ਦਿੱਤਾ ਕਿ ਬਾਹਰ ਗਏ ਲੋਕ ਵੀ ਸਾਡੇ ਹੀ ਆਪਣੇ NRI ਵੀਰਾਂ ਭੈਣਾਂ ਦੇ ਬੱਚਿਆਂ ਨੂੰ ਵੀ ਨਹੀਂ ਇਹ ਚੀਜ਼ਾਂ ਉੱਥੇ ਤੱਕ ਪਹੁੰਚ ਰਹੀਆਂ, ਉਹਨਾਂ ਨੂੰ ਦੱਸ ਦਿੱਤਾ ਗਿਆ ਆਹ ਇੱਕ ਅਜਿਹਾ ਖਰਾਬ ਮੁਲਕ ਹੈ ਜਿਹਦੇ ਵਿੱਚੋਂ ਤੁਸੀਂ ਹੁਣ ਪਰੇ ਹੋ ਕੇ ਆਪਣੀ ਨਵੀਂ ਹੋਂਦ ਸ਼ੁਰੂ ਕਰੋ। ਬਿਲਕੁਲ। ਸਭ ਤੋਂ ਪੁਰਾਣੀ ਸੱਭਿਅਤਾ ਵਾਲੇ ਲੋਕ ਹੁਣ ਨਵੀਂ ਹੋਂਦ ਲੱਭਣ ਚੱਲੇ ਨੇ ਹੋਰਨਾਂ ਮੁਲਕਾਂ ਦੇ ਵਿੱਚ। ਬਿਲਕੁਲ। ਉਹਨਾਂ ਦਾ ਇਤਿਹਾਸ ਪੜ੍ਹ ਕੇ ਤੁਰਨਗੇ ਤਾਂ ਆਪਣਾ ਮਾਣ ਮਤਾ ਇਤਿਹਾਸ ਕਿੱਥੋਂ ਬਚਾ ਸਕਣ। ਬਿਲਕੁਲ ਜੀ, ਬਿਲਕੁਲ। ਹੁਣ ਉਹ ਬੰਦਾ, ਉਹ ਬੱਚਾ ਜਿਹੜੀ ਤੀਜੀ ਪੁਸ਼ਤ ਉੱਥੇ ਜੰਮ ਚੁੱਕਾ ਅਮੈਰੀਕਾ ਜਾਂ ਕੈਨੇਡਾ ਵਿੱਚ, ਉਹ ਕਿਹਦੇ ਨਾਲ ਜੰਗ ਕਰੇ ਕਿ ਭਾਈ ਕਿਹੜੇ ਵੇਦ ਉਹਨੇ ਤਾਂ ਪੜ੍ਹੇ ਨਹੀਂ, ਪੜ੍ਹੇ ਨਹੀਂ, ਕਿਹੜੀ ਗੁਰਬਾਣੀ, ਕਿਸ ਤਰੀਕੇ ਦਾ ਇਤਿਹਾਸ, ਕਿਉਂ 6 ਵਰਿਆਂ ਦਾ ਬੱਚਾ ਇੱਥੇ ਕੰਧ 'ਚ ਚਿਣਿਆ ਗਿਆ ਸੀ। ਬਿਲਕੁਲ। ਆਖਰ ਕਿਉਂ ਇਸ ਤਰੀਕੇ ਦੇ ਇੱਥੇ ਜਿਸ ਤਰੀਕੇ ਦੇ ਸਾਡੇ ਇਤਿਹਾਸ ਨੂੰ ਖਤਮ ਕੀਤਾ, ਸਾਡੇ ਪੁਰਾਣਾ ਸਾਰਾ ਕੁਛ ਅਰਬ ਹਮਲਾਵਰ ਖੋਹ ਕੇ ਲੈ ਗਏ, ਸਾਡੀ ਐਡਵਾਂਸਡ ਸਾਇੰਸ, ਸਾਡੀ ਐਡਵਾਂਸਡ ਟੈਕਨੋਲੋਜੀ ਸਾਰੀ ਦੀ ਸਾਰੀ ਅਸੀਂ ਖਤਮ ਕਰ ਦਿੱਤੀ, ਆਪ ਹੀ ਆ ਨਾ ਖਤਮ ਕਰਨ ਵਾਲੇ, ਅਤੇ ਉਹਨਾਂ ਦੀ ਉਸ ਚਾਲ ਦੇ ਵਿੱਚ ਅਸੀਂ ਬਖੂਬੀ ਫਸ ਰਹੇ ਹਾਂ, ਜਿੱਥੇ ਸਾਡੇ ਬੱਚੇ ਅੱਜ ਹੈਰੀ ਪੋਟਰ ਪੜ੍ਹ ਲੈਣਗੇ, ਪਰ ਅੱਜ ਪੁੱਛ ਕੇ ਦੇਖੋ ਭਾਈ ਸਾਡੇ ਨਾਨਕ ਸਿੰਘ ਨੋਵਲਿਸਟ ਨੇ ਕੀ ਲਿਖਿਆ ਸੀ, ਤਾਂ ਲੋਕ ਸੱਚਮੁੱਚ ਦੱਸਾਂ ਕਈ ਤਾਂ ਇਸ ਤਰੀਕੇ ਦੇ ਨੇ ਜਿਹੜੀ ਆਪਣੇ ਖੜ੍ਹ ਜਾਣਗੇ ਗਲਾ ਵੱਢਣ ਨੂੰ ਤਿਆਰ, ਕਿ ਤੁਸੀਂ ਨੋਵਲਿਸਟ ਕਿਉਂ ਕਿਹਾ, ਗੁਰੂ ਨਾਨਕ ਬੋਲੋ ਨਾ, ਇਹ ਵੀ ਨਹੀਂ ਪਤਾ ਕਿ ਅਸੀਂ ਗੱਲ ਕਿਸ ਦੀ ਕਰ ਰਹੇ ਹਾਂ। ਅਤੇ ਜਿਸ ਥਾਂ 'ਤੇ ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ 'ਚ ਪੰਜਾਬੀ ਦੀਆਂ ਕਿਤਾਬਾਂ ਮਿੱਟੀ ਘੱਟੇ ਨਾਲ ਲਿਬੜੀਆਂ ਹੋਣ, ਉੱਥੇ ਕਿਹੋ ਜਿਹੇ ਕਰੈਕਟਰਸ, ਕਿਹੋ ਜਿਹੇ ਕਿਰਦਾਰ ਪੈਦਾ ਕਰ ਰਹੇ ਹਾਂ, ਜਿਸ 'ਚ ਗੀਤ ਸੰਗੀਤ ਸਾਡਾ ਲਹੂ ਗਰਮਾਉਣ ਵਾਲਾ ਸੀ। ਬਿਲਕੁਲ ਜੀ। ਸਾਡਾ ਉਹ ਗੀਤ ਸੰਗੀਤ ਸਾਡੇ ਆਪਣੇ ਪਿਛੋਕੜ ਵਿਰਸੇ ਨੂੰ ਅਗਾਂਹ ਤੋਰਨ ਵਾਲਾ ਸੀ। ਹਾਂਜੀ। ਉਹ ਲੋਕ ਗੀਤਾਂ ਦੀ ਥਾਂ 'ਤੇ ਲੋਕ ਸਾਡੇ ਨਵ ਜੰਮੇ ਬੱਚੇ ਨੂੰ ਵੀ ਪਤਾ ਵੀ ਕੀ ਹੈਗਾ ਬੰਦੂਕ, ਕੀ ਹੈਗਾ ਨਸ਼ਾ, ਉਹਦੀਆਂ ਹੱਡੀਆਂ ਦੇ ਅੰਦਰ ਅਸੀਂ ਉਹਨੂੰ ਇਹ ਵਾੜ ਕੇ ਜੰਮਦੇ ਹਾਂ ਕਿ ਤੂੰ ਇਸ ਤਰੀਕੇ ਦੀ ਚੀਜ਼ ਸਿੱਖ। ਬਿਲਕੁਲ। ਇਹ ਬੱਚਾ ਕਿਵੇਂ ਸਾਡੇ ਲੋਕ ਗੀਤਾਂ ਨੂੰ ਅਗਾਂਹ ਤੋਰੇਗਾ? ਅਤੇ ਜਿਸ ਕੌਮ ਦੇ ਲੋਕ ਗੀਤ ਵੀ ਮੁੱਕ ਜਾਣ ਨਾ, ਉਹ ਕੌਮ ਫਿਰ ਫਨਾ ਹੋ ਜਾਂਦੀ। ਬਿਲਕੁਲ ਜੀ, ਬਿਲਕੁਲ। ਇੱਥੋਂ ਤੱਕ ਦੇਖਿਆ ਜਾਂਦਾ ਜੀ, ਜਿਹੜੇ ਖਾਸ ਬਿਲਕੁਲ ਅਨਪੜ੍ਹ ਆਪਾਂ ਪੇਂਡੂ ਬੰਦੇ ਕਹਿੰਦੇ ਹਾਂ ਨਾ ਜੀ, ਉਹ ਪਹਿਲਾਂ ਜਿਹੜੀਆਂ ਚੀਜ਼ਾਂ ਸਿਖਾਉਂਦੇ ਸੀ ਹੁਣ ਉਹ ਨਹੀਂ, ਉਹ ਵੀ ਜੰਮਦੇ ਬੱਚੇ ਨੂੰ ਕਹਿਣਗੇ ਨੋਜ਼ੀ ਗਏ, ਉਹ ਡੈਡ ਆ ਗਿਆ, ਉਹ ਪਾਪਾ ਬੇਬੇ, ਜਿਹੜੀਆਂ ਉਹ ਚੀਜ਼ਾਂ ਸੀ ਉਹ ਖਤਮ ਹੁੰਦੀਆਂ ਜਾ ਰਹੀਆਂ। ਬਿਲਕੁਲ।
ਤਾਂ ਅਸੀਂ ਆਪਣੀ ਸੱਭਿਅਤਾ ਆਪ ਹੀ ਮੁਕਾਈ ਜੇ ਕੋਈ ਹੋਰ ਨਹੀਂ ਪਰ ਅਸੀਂ ਚਾਲ ਨਹੀਂ ਸਮਝ ਸਕੇ ਉਹ ਅੰਗਰੇਜ਼ ਤੁਰ ਤਾਂ ਗਿਆ ਪਰ ਉਹ ਜਿਸ ਤਰੀਕੇ ਦੀ ਗੇਮ ਖੇਡ ਕੇ ਗਿਆ ਜੇ ਨਾ ਸਾਡੇ ਤਾਂ ਉਹ ਸਾਰੇ ਦਾ ਸਾਰਾ ਚੱਕਰ ਵਿਊ ਇਸ ਵੇਲੇ ਪੂਰਾ ਖਤਮ ਕਰਨ ਵੱਲ ਨੂੰ ਤੁਰਿਆ ਜੇ ਪਰ ਹਰ ਵਾਰ ਅਸੀਂ ਇਹ ਕਿਵੇਂ ਉਡੀਕ ਕਰ ਸਕਦੇ ਹਾਂ ਹਮੇਸ਼ਾ ਕਦੇ ਕੋਈ ਮਹਾਰਾਣਾ ਪ੍ਰਤਾਪ ਇਸ ਵੇਲੇ ਅੱਜ ਦੇ ਦਿਨ ਵੀ ਆਊਗਾ ਜਾਂ ਹਮੇਸ਼ਾ ਹੀ ਕੋਈ ਸਾਡੇ ਵੀ 6-8 ਵਰਿਆਂ ਦੇ ਬਾਲ ਫਿਰ ਦੁਬਾਰਾ ਚਿਣੇ ਜਾਣਗੇ ਅਸੀਂ ਫਿਰ ਹੀ ਖੜ੍ਹੇ ਹੋਵਾਂਗੇ ਜਾਂ ਫਿਰ ਮਾਈ ਭਾਗੋ ਹੀ ਉੱਠੇਗੀ ਸਾਡੇ ਬੈਂਤ ਮਾਰੇਗੀ ਜਗਾਏਗੀ ਅਸੀਂ ਫਿਰ ਹੀ ਜਾਗਾਂਗੇ ਯਾਨੀ ਹਮੇਸ਼ਾ ਅਸੀਂ ਕਿਸੇ ਗੈਬੀ ਤਾਕਤ ਨੂੰ ਹੀ ਉਡੀਕਦੇ ਉਸੇ ਤਰੀਕੇ ਦੇ ਬਣਾ ਦਿੱਤੇ ਹਾਂ ਹਰ ਗਲੀ ਮੁਹੱਲਿਆਂ ਦੇ ਵਿੱਚ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਅਸੀਂ ਤਾਂ ਇੱਕ ਅਜਿਹੀ ਸ਼ੈ ਤਿਆਰ ਕਰਤੀ ਆਪਣੇ ਦਿਮਾਗ ਦੇ ਅੰਦਰ ਵੀ ਸਿਰਫ਼ ਅਸੀਂ ਚਮਤਕਾਰ ਭਾਲਦੇ ਹਾਂ ਮਿਹਨਤ ਤਾਂ ਰਹੀ ਨਹੀਂ ਬਿਲਕੁਲ ਜੀ ਸੋ ਇਹੀ ਗੱਲ ਜਿਹੜੇ ਸਾਡੇ ਹੱਡੀਆਂ ਨੂੰ ਜੰਗਾਲ ਲੱਗ ਰਿਹਾ ਨਾ ਅਸੀਂ ਧਰਮਾਂ ਦੀ ਖਾਤਰ ਤਾਂ ਲੜਨ ਨੂੰ ਸਭ ਤੋਂ ਅਗਾਂਹ ਆ ਜਾਂਦੇ ਹਾਂ ਪਰ ਕਦੇ ਸੁਣਿਆ ਜੇ ਕਿ ਮੁਲਕ ਖਾਤਰ ਸਾਰੇ ਇਕੱਠੇ ਹੋ ਕੇ ਤੁਰਨ ਉੱਥੇ ਅਸੀਂ ਵਿਦਕ ਜਾਂਦੇ ਹਾਂ ਅਤੇ ਇਹ ਜਿਹੜਾ ਵੀ ਜਿਹੜਾ ਇਸ ਤਰੀਕੇ ਦੀ ਇਹ ਸਾਡੇ ਸਾਰਿਆਂ ਵਿੱਚ ਪਾੜ ਪਾਉਣ ਦੀ ਜੁਗਤ ਕੱਢ ਰਿਹਾ ਜੇ ਨਾ ਇਹ ਅਖੀਰ ਵਿੱਚ ਪੂਰਾ ਮੁਲਕ ਫਿਰ ਗੁਲਾਮ ਬਣਾਏਗਾ ਸਾਨੂੰ ਹੀ ਜਾਗਣਾ ਪੈਣਾ ਸਮਝਣ ਲਈ ਕਿ ਇਹ ਅਸਲ ਵਿੱਚ ਜੋ ਵੀ ਭਾਣਾ ਵਾਪਰ ਰਿਹਾ ਜੇ ਨਾ ਸਾਡੀ ਆਪਣੀ ਹੋਂਦ ਨੂੰ ਖਤਮ ਕਰਨ ਲਈ ਚੱਲ ਰਿਹਾ ਜੇ ਅਤੇ ਅਸੀਂ ਜੜ੍ਹਾਂ ਨਹੀਂ ਛੱਡ ਸਕਦੇ ਜੜ੍ਹਾਂ ਛੱਡ ਕੇ ਦਰਖਤ ਨਹੀਂ ਬਚਿਆ ਕਰਦੇ ਅਤੇ ਇਹ ਜੜ੍ਹਾਂ ਦੇ ਵਿੱਚ ਲਹੂ ਓਨਾ ਹੀ ਡੁੱਲਿਆ ਸਾਡੇ ਮੁਸਲਮਾਨ ਵੀਰ ਦਾ ਭਾਰਤ ਵਿੱਚ ਜਿੰਨਾ ਸਾਡੇ ਹਿੰਦੂ ਵੀਰ ਦਾ ਡੁੱਲਿਆ ਜਿੰਨਾ ਕਿਸੇ ਸਿੱਖ ਭਰਾ ਦਾ ਡੁੱਲਿਆ ਅਤੇ ਜਿੰਨਾ ਕਿਤੇ ਇੱਥੇ ਹੀ ਵੱਸਦੇ ਈਸਾਈ ਦਾ ਡੁੱਲਿਆ ਜਿੱਦਣ ਇਹ ਸਮਝ ਆ ਗਈ ਨਾ ਕਿ ਅਸੀਂ ਸਾਰਿਆਂ ਦਾ ਉਹ ਲਹੂ ਵੱਖ ਵੱਖ ਰੰਗ ਨਹੀਂ ਵਿਖਾਉਂਦਾ ਅਸੀਂ ਇੱਕੋ ਹੀ ਹਾਂ ਉਸ ਦਿਨ ਇਹ ਪਾੜ ਪਾਉਣ ਵਾਲੇ ਲੋਕ ਸਾਨੂੰ ਫੰਡ ਨਹੀਂ ਸਕਣ ਬਿਲਕੁਲ ਜੀ ਬਿਲਕੁਲ ਅਤੇ ਆਉਣ ਵਾਲਾ ਸਮਾਂ ਜੇ ਆਪਾਂ ਦੇਖਿਆ ਜਾਵੇ ਕਿ 10 ਸਾਲ ਦਾ ਦੇਖੀਏ ਜਿਵੇਂ ਅੱਜ ਦਾ ਸਮਾਂ ਜਿਹੜਾ ਆਪਾਂ ਬਹੁਤ ਜ਼ਿਆਦਾ ਦੇਖ ਰਹੇ ਨੇੜੇ ਤੋਂ ਲੋਕ ਨਹੀਂ ਸਮਝ ਰਹੇ ਜਗਾਉਣ ਵਾਲੇ ਜਗਾ ਰਹੇ ਨੇ ਅਤੇ ਆਉਣ ਵਾਲਾ ਸਮਾਂ ਫਿਰ ਤੁਸੀਂ ਕਿਵੇਂ ਦੇਖਦੇ ਹੋ ਜਾਂ ਤੂੰ 10 ਸਾਲ ਦੀ ਗੱਲ ਕਰ ਲਈਏ 15 ਦੀ ਗੱਲ ਲਈਏ ਦੇਖੋ ਜੇ ਤਾਂ ਅਸੀਂ ਅੱਜ ਵੀ ਆਪਣੀ ਐਜੂਕੇਸ਼ਨ ਪੋਲਿਸੀ ਵਿੱਚ ਬਦਲਾਅ ਲਿਆ ਕੇ ਨਾ ਆਪਣਾ ਹੀ ਪੁਰਾਣਾ ਇਤਿਹਾਸ ਜਿੱਥੋਂ ਅਸੀਂ ਗਲਤੀਆਂ ਵੀ ਦੇਖੀਏ ਕਿਹੜੀਆਂ ਕੀਤੀਆਂ ਹਾਂਜੀ ਅਤੇ ਜਿਨ੍ਹਾਂ ਵਿੱਚੋਂ ਪੋਜ਼ਿਟਿਵਿਟੀ ਵੀ ਕੱਢੀਏ ਕਿ ਕਿਸ ਨੇ ਸਾਨੂੰ ਖੜ੍ਹਾ ਕਰਨਾ ਅੱਜ ਵਾਪਸ ਹਾਂਜੀ ਉਹ ਚੀਜ਼ਾਂ ਜੇ ਅਸੀਂ ਵਾਪਸ ਲੈ ਆਏ ਅਤੇ ਅਸੀਂ ਇਹ ਜਾਦੂ ਟੋਣਿਆਂ ਤੋਂ ਥੋੜ੍ਹਾ ਹਟ ਕੇ ਕਿਰਤ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਅਤੇ ਜਿਸ ਦਿਨ ਸਾਡੇ ਮਨਾਂ ਵਿੱਚ ਆਇਆ ਕਿ ਇਹ ਸਾਡੇ ਵੱਡੇ ਵਡੇਰਿਆਂ ਦੀ ਥਾਂ ਜੇ ਸਾਡਾ ਹੱਕ ਹੈ ਇੱਥੇ ਅਸੀਂ ਕਿਸੇ ਦੇ ਹੋਰ ਦੇ ਆਖੇ 'ਤੇ ਨਹੀਂ ਪਏ ਅਸੀਂ ਤਾਂ ਸਾਨੂੰ ਜਿਹੜਾ ਗੌਰਵਮਈ ਇਤਿਹਾਸ ਤੋਰਿਆ ਸੀ ਅਸੀਂ ਅਗਾਂਹ ਤੋਰਨਾ ਜਿਸ ਦਿਨ ਉਹ ਵਾਪਸ ਅਣਖ ਸਾਡੇ ਕੋਲ ਆ ਗਈ ਨਾ ਅਸੀਂ ਆਪਣੇ ਬੱਚਿਆਂ ਦੇ ਵਿੱਚੋਂ ਅਣਖ ਘਰਾਂ ਵਿੱਚ ਹੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਜਿਸ ਦਿਨ ਅਸੀਂ ਆਪਣੇ ਆਪ ਨੂੰ ਹੀਣ ਭਾਵਨਾ ਨਾਲ ਨਾ ਜੋੜਿਆ ਕਿ ਮੈਂ ਆਪਣੇ ਆਪ ਨੂੰ ਭਾਰਤੀ ਕਹਿਣ 'ਤੇ ਹੀਣ ਮਹਿਸੂਸ ਕਰਦਾ ਲਾਹਨਤ ਹੈ ਹੱਦ ਹੀ ਹੋ ਗਈ ਉਹ ਭਾਰਤ ਜਿਹਨੂੰ ਅਸੀਂ ਅੱਜ ਝਾਕਦੇ ਬੜੇ ਭੈੜੇ ਤਰੀਕਿਆਂ ਮੀਡੀਆ ਜਿਹੜਾ ਵਿਸ਼ਵ ਪੱਧਰ 'ਤੇ ਸਾਨੂੰ ਬਹੁਤ ਬੇਗੈਰਤ ਦਿਖਾਉਂਦਾ ਜੇ ਨਾ ਉਹਨਾਂ ਨੂੰ ਕਹਿਣਾ ਚਾਹੀਦਾ ਪਹਿਲਾਂ ਸ਼ੀਸ਼ਾ ਆਪ ਵੇਖੋ ਕਿ ਅਸੀਂ ਸਾਨੂੰ ਆਜ਼ਾਦ ਹੋਏ ਨੂੰ ਹੁਣੇ ਹੋਏ ਕਿੰਨੇ ਵਰੇ ਨੇ ਅਸੀਂ ਤਾਂ ਉੱਜੜ ਕੇ ਆਇਆਂ ਨੂੰ ਵੰਡੇ ਪਏ ਪਾਟੇ ਪਏ ਲਹੂ ਲੁਹਾਨ ਤੋਂ ਅਸੀਂ ਮਾਰਸ ਤੱਕ ਪਹੁੰਚੇ ਹਾਂ ਭਾਈ ਜ਼ਰਾ ਸਾਲ ਵੇਖ ਲਓ ਤੁਹਾਡੇ ਤੋਂ ਪਹਿਲਾਂ ਭਾਈ ਉਹ ਵਿਸ਼ਵ ਪੱਧਰੀ ਮੁਲਕ ਜਿਹੜੇ ਅੱਜ ਸਾਨੂੰ ਨੀਵਾਂ ਦਿਖਾਉਣ ਨੂੰ ਤੁਰੇ ਨੇ ਉਹ ਤੁਹਾਡੀ ਤਾਂ ਨੀਂਹ ਹੋਈ ਕੁਝ ਨਹੀਂ ਸੀ ਤੁਸੀਂ ਤਾਂ ਇੱਥੇ ਆ ਕੇ ਹੱਲੇ ਲੈ ਮਾਰ ਮਾਰ ਕੇ ਸਾਡਾ ਹੀ ਚੀਜ਼ਾਂ ਖੋ ਕੇ ਲੈ ਕੇ ਗਏ ਸੀ ਹਾਂਜੀ ਅਸੀਂ ਤਾਂ ਤੁਹਾਡੇ ਤੋਂ ਉਤਾਂਹ ਹੀ ਸਾਂ ਉਹ ਭਾਈ ਵਿਸ਼ਵ ਜੰਗਾਂ ਤੁਸੀਂ ਛੇੜਦੇ ਸੀ ਮਰਨ ਮਰਾਨ ਨੂੰ ਛਾਤੀਆਂ ਤਾਂ ਇੱਥੋਂ ਹੀ ਲੈ ਕੇ ਜਾਂਦੇ ਸੀ ਤੁਸੀਂ ਇਸ ਮੁਲਕ ਨੂੰ ਨੀਵਾਂ ਕਹਿਣ ਤੋਂ ਪਹਿਲਾਂ ਕਿ ਇੱਥੇ ਗੋਲੀਆਂ ਵੱਜਦੀਆਂ ਨੇ ਤਾਂ ਤੁਹਾਨੂੰ ਆਪਣੇ ਮੁਲਕਾਂ 'ਚ ਝਾਤ ਨਹੀਂ ਆਉਂਦੀ ਕਿਸ ਤਰ੍ਹਾਂ ਦੇ ਉੱਥੇ ਜ਼ੁਲਮ ਨੇ ਜੁਰਮ ਦਾ ਹਿਸਾਬ ਕੀ ਜੇ ਅੱਜ ਸਾਡੀ ਇੱਕ ਬੇਟੀ ਦਾ ਬਲਾਤਕਾਰ ਹੋਏ ਅਤੇ ਵਿਸ਼ਵ ਪੱਧਰ 'ਤੇ ਮੁੱਖ ਖਬਰਾਂ ਲਾਉਣ ਨੂੰ ਉਹੀ ਮੀਡੀਆ ਤਿਆਰ ਹੈ ਆਪਣੇ ਅੰਦਰ ਕਿਉਂ ਨਹੀਂ ਝਾਤ ਮਾਰਦੇ ਕਿ ਪਿਛਲੇ ਵਰੇ 1.5 ਲੱਖ ਬੇਟੀ ਦਾ ਉੱਥੇ ਵੀ ਬਲਾਤਕਾਰ ਹੋਇਆ ਸੀ ਜੋ ਕਿ ਮੈਡੀਕਲ ਲਿਟਰੇਚਰ ਬੋਲਦਾ ਜੇ ਡਾਕਟਰੀ ਇਹਦੇ ਕੋਲੋਂ ਤਾਂ ਨਹੀਂ ਨਾ ਜ਼ੁਬਾਨ ਇਹ ਲੁਕਾ ਸਕਦੇ ਢਿੱਡ ਉਹ ਕਿਉਂ ਨਹੀਂ ਉਜਾਗਰ ਕੀਤਾ ਜਾਂਦਾ ਕਿਉਂਕਿ ਉਹ ਮੀਡੀਆ ਵੀ ਉਸ ਥਾਂ ਦਾ ਬਾਇਸਡ ਹੈ ਇੰਟਰਨੈਸ਼ਨਲ ਮੀਡੀਆ ਵੀ ਚਾਹੁੰਦਾ ਜੇ ਕਿ ਜੇ ਇਹਨਾਂ ਦੀ ਪੋਜ਼ਿਟਿਵਿਟੀ ਕਿਤੇ ਉਗੜ ਕੇ ਸਾਹਮਣੇ ਆ ਗਈ ਤਾਂ ਫਿਰ ਅਸੀਂ ਨੀਵੇਂ ਰਹਿ ਜਾਵਾਂਗੇ ਬਿਲਕੁਲ ਸੇਵਾਦਾਰ ਕਿੱਥੋਂ ਮਿਲਣੇ ਨੇ ਉਹ ਸਾਡੀ ਅਣਖ ਵਾਲੀ ਛਾਤੀ ਜਿਹੜੀ ਉੱਠੀ ਸੀ ਨਾ ਉਹਨੂੰ ਵਾਪਸ ਨੀਵਾਂ ਦਿਖਾਉਣ ਲਈ ਇਹ ਉਹੀ ਚੱਕਰ ਵੀ ਉਜੇ ਜਿਹਦੇ ਤੋਂ ਸਾਨੂੰ ਬਚਣਾ ਪੈਣਾ ਜੀ ਮੇਰੇ ਕਹਿਣ ਦਾ ਮਤਲਬ ਸੀ ਕਿ ਵੀ ਆਉਣ ਵਾਲੇ 10-15 ਸਾਲਾਂ ਤੱਕ ਤਾਂ ਫਿਰ ਇਸ ਤੋਂ ਵੀ ਜ਼ਿਆਦਾ ਅਸੀਂ ਹੋਰ
ਖਾਤਮੇ ਵੱਲ ਜਾ ਰਹੀ ਜੇ ਤਾਂ ਤੁਹਾਡੇ ਵਰਗੇ ਲੋਕ ਜਗਾਉਣ ਲਈ ਉੱਠਦੇ ਰਹੇ ਫਿਰ ਤਾਂ ਜ਼ਰੂਰ ਤਬਦੀਲੀ ਆਏਗੀ ਹਰ ਹਾਲ ਵਿੱਚ ਆਏਗੀ ਹਾਂਜੀ ਪਰ ਜੇ ਇਸੇ ਤਰ੍ਹਾਂ ਹੀ ਅਸੀਂ ਉਹਨਾਂ ਦੀਆਂ ਚਾਲਾਂ ਦੇ ਵਿੱਚ ਫਸਦੇ ਰਹੇ ਹਾਂਜੀ ਫਿਰ ਤਾਂ ਅਸੀਂ ਉਹਨਾਂ ਦੇ ਅਖੀਰ ਗੋਡੇ ਹੀ ਟੇਕ ਕੇ ਬਹਿ ਜਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੀ ਸਾਡੇ ਪੂਰੇ ਭਾਰਤ ਵਿੱਚ ਸਾਡੇ ਪੰਜਾਬ ਵਿੱਚ ਜਿਸ ਤਰੀਕੇ ਦੀ ਅਣਖ ਜਿੰਦਾ ਜਾਂ ਸਾਡੇ ਬੰਗਾਲ ਵਿੱਚ ਜਾਂ ਹੋਰ ਸਾਰਿਆਂ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਨਾ ਇੱਕ ਹਰਿਓ ਬੂਟ ਰਹਿਓ ਨਹੀਂ ਸਾਰਿਆਂ ਨੂੰ ਇਹ ਮੁਕਾ ਨਹੀਂ ਸਕਦੇ ਸਾਡਾ ਲਹੂ ਉਬਾਲਾ ਜ਼ਰੂਰ ਫਿਰ ਖਾਏਗਾ ਅਸੀਂ ਫਿਰ ਜ਼ਰੂਰ ਇਸੇ ਤਰ੍ਹਾਂ ਹੀ ਅਗਾਂਹ ਵਧਾਂਗੇ ਭਾਵੇਂ ਸਾਰੇ ਮੁਲਕਾਂ ਵਿੱਚ ਸਾਡੀ ਹੋਂਦ ਹੋਏ ਪਰ ਜਿਸ ਦਿਨ ਇਸ ਜ਼ਮੀਨ ਦਾ ਹੋਕਾ ਉਹਨਾਂ ਦੇ ਛਾਤੀ 'ਚ ਵੱਜਿਆ ਨਾ ਉਹ ਸਾਰੇ ਖੜ੍ਹੇ ਹੋਣਗੇ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਅੱਜ ਦਾ ਜਿਹੜਾ ਇਹ ਵਿਸ਼ਾ ਬਹੁਤ ਹੀ ਅਹਿਮ ਹੈ ਕਿਉਂਕਿ ਇਹ ਸਾਡੇ ਪੰਜਾਬੀਆਂ ਦੀ ਪੰਜਾਬੀਅਤ ਦੀ ਹੋਣ ਦਾ ਵਿਸ਼ਾ ਹੈ ਕਿਉਂਕਿ ਇਹ ਸਾਨੂੰ ਸਮਝਣਾ ਪੈਣਾ ਹੈ ਅਸੀਂ ਪਿੰਡਾਂ ਦੇ ਵਿੱਚ ਇੱਕ ਚੀਜ਼ ਦੇਖਿਆ ਜਾਵੇ ਦੋਸਤੋ ਕਿ ਹਿੰਦੂ ਭਾਈ ਰਹਿੰਦੇ ਨੇ ਮੁਸਲਿਮ ਭਾਈ ਰਹਿੰਦੇ ਨੇ ਸਿੱਖ ਭਾਈ ਹਰ ਧਰਮ ਦੇ ਲੋਕ ਰਹਿੰਦੇ ਨੇ ਪਰ ਕਦੇ ਆਪੋ ਦੇ ਵਿੱਚ ਲੜਦੇ ਨਹੀਂ ਅਤੇ ਸਾਨੂੰ ਲੜਾ ਕੌਣ ਰਿਹਾ ਜਿੱਦਾਂ ਸਾਡੇ ਇਹ ਚੀਜ਼ਾਂ ਸਮਝ ਦੇ ਵਿੱਚ ਆ ਗਈਆਂ ਤਾਂ ਫਿਰ ਅਸੀਂ ਆਪਣੇ ਬਾਰੇ ਆਪਣੇ ਪੰਜਾਬ ਬਾਰੇ ਆਪਣੇ ਸੂਰਮਿਆਂ ਬਾਰੇ ਅਤੇ ਫਿਰ ਅਸੀਂ ਦਿਮਾਗ ਲਾਵਾਂਗੇ ਅਤੇ ਫਿਰ ਅਸੀਂ ਸੋਚਾਂਗੇ ਅਤੇ ਫਿਰ ਆਪਣਾ ਜਿਹੜਾ ਭਵਿੱਖ ਹੈ ਨਾ ਪੰਜਾਬ ਦਾ ਸਾਡੇ ਭਾਰਤ ਦਾ ਉਹ ਬਹੁਤ ਵਧੀਆ ਬਣ ਜਾਣਾ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਅਸੀਂ ਸਾਡੇ ਲੋਕਾਂ ਦੇ ਅੰਦਰ ਚਿਣਗ ਜਗਾਈਏ ਵੀ ਆਪਾਂ ਕਿਹੜੇ ਪਾਸੇ ਤੁਰ ਪਏ ਉਹਨਾਂ ਲੋਕਾਂ ਤੋਂ ਬਚੀਏ ਕਿ ਜਿਹੜੇ ਸਾਡੇ 'ਚੋਂ ਇਨਸਾਨੀਅਤ ਖਤਮ ਕਰ ਰਹੇ ਨੇ ਅਤੇ ਇੱਕ ਦੂਜੇ ਨੂੰ ਧਰਮਾਂ ਦੇ ਨਾਂ 'ਤੇ ਲੜਾਉਂਦੇ ਨੇ ਆਓ ਆਪਾਂ ਇਨਸਾਨ ਬਣੀਏ ਇਨਸਾਨੀਅਤ ਹੋਣ ਦਾ ਫਰਜ਼ ਨਿਭਾਈਏ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ 'ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ